आईएफ ਕੀ ਹੈ ਤੇ ਇਹਦੇ ਨਾਲ ਕਿਸ ਤਰੀਕੇ ਨਾਲ ਜਿਹੜਾ ਜੋ ਰਿਪੋਰਟ ਸਰਕਾਰ ਮੰਗ ਰਹੀ ਆ ਆਖਿਰਕਾਰ ਉਹ ਸਹੀ ਵੀ ਹੈ ਜਾਂ ਫਿਰ ਨਹੀਂ ਹੈ ਇਹਦਾ ਨੁਕਸਾਨ ਜ਼ਿਆਦਾਤਰ ਵੱਡੇ ਪੱਧਰ ਤੇ ਹੋਣ ਲੱਗ ਗਿਆ ਉਹਦੇ ਕਾਰਨ ਕਰਕੇ ਇਹਦੇ ਤੇ ਥੋੜੀ ਜੀ ਠੱਲ ਪਾਉਣ ਦੀ ਲੀਗਲ ਪ੍ਰੋਵੀਜ਼ਨਸ ਨੂੰ ਲਿਆਉਣਾ ਜ਼ਰੂਰੀ ਠੀਕ ਹੈ ਦੇਖਿਆ ਜਾਵੇ ਤਾਂ ਊਮਨ ਦੀ ਜਿਹੜੀ ਏਜ ਲਿਮਿਟ ਹੈ ਉਹ 21 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਆਈਵੀਐਫ ਟੈਕਨੋਲੋਜੀ ਦੇ ਥਰੂ ਤੁਸੀਂ ਬੇਬੀ ਕਨਸੀਵ ਕਰ ਸਕਦੇ ਹੋ ਇਸ ਤੋਂ ਪਲੱਸ ਜੇ ਤੁਸੀਂ ਜਾਣਦੇ ਹੋ ਤਾਂ ਤੁਹਾਨੂੰ ਇਹ ਐਕਟ ਬਾਰ ਕਰਦਾ ਸਿਰਫ ਮਾਪਿਆਂ ਦੇ ਉੱਤੇ ਜਿਹੜਾ ਲੀਗਲ ਐਕਸ਼ਨ ਹੋਏਗਾ ਕਿ ਬਾਕੀ ਜੋ ਲੋਕ ਇਨਵੋਲਵ ਨੇ ਕਿਉਂਕਿ ਬਹੁਤ ਸਾਰੀ ਡਾਕਟਰਾਂ ਦੀ ਮਾਇਰਾ ਦੀ ਜਿਨ੍ਹਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਹੋਣੀ ਜੋ ਲੀਗਲ ਐਸਪੈਕਟਸ ਉਹਨਾਂ ਨੇ ਵੀ ਜ਼ਰੂਰ ਜਿਹੜੇ ਨੇ ਚੈੱਕ ਕੀਤੇ ਹੋਣੇ ਉਸ ਦਰਾਂ ਕਿ ਉਹਨਾਂ ਤੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੀ ਸਖਤੀ ਵਰਤੀ ਜਾਏਗੀ ਅੱਜ ਦੀ ਡੇਟ 'ਚ ਇਕੱਲਾ ਇੱਕ ਬਲਕੌਰ ਸਿੰਘ ਜੀ ਦਾ ਕੇਸ ਨਹੀਂ ਹੈਗਾ ਆਈਵੀਐਫ ਜੇ ਇਹ ਤੇ ਵੱਡੇ ਪੱਧਰ ਤੇ ਇਹਦੇ ਤੇ ਕੁਝ ਇਦਾਂ ਦੀਆਂ ਚੀਜ਼ਾਂ ਹੋਣੀਆਂ ਹੋਣਗੀਆਂ ਤਾਂ ਹੀ ਕੋ ਲੈਜਿਸਲੇਚਰ ਇਹਦੇ 'ਚ ਇਨਵੋਲਵ ਹੋ ਕੇ ਇੱਕ ਐਕਟ ਬਣਾਇਆ ਹੋਇਆ ਹੈ ਬੱਚੇ ਦੇ ਰਾਈਟ ਦੀ ਗੱਲ ਕਰੀਏ ਤੇ ਅੱਜ ਦੀ ਡੇਟ ਦੇ ਵਿੱਚ ਬੱਚੇ ਨੂੰ ਬਾਇਓਲੋਜੀਕਲ ਰਾਈਟ ਜਿਹੜੇ ਆਮ ਕਿਸੇ ਵੀ ਬੱਚੇ ਨੂੰ ਪੈਦਾ ਹੋਣ ਤੇ ਮਿਲਦੇ ਆ ਉਹ ਇਸੇ ਬੱਚੇ ਨੂੰ ਵੀ ਉਹੀ ਬਾਇਓਲੋਜੀਕਲ ਰਾਈਟ ਮਿਲਣਗੇ ਵਾਧਾ ਇੱਕ ਪ੍ਰੋਵੀਜ਼ਨ ਸੀਗਾ ਜਿਹੜਾ ਇਹ ਅਪਰੇਜ ਲਿਮਿਟ ਦਾ ਸੀਗਾ ਉਹ ਕੰਟਰੋਵਿਨ ਹੋ ਚੁੱਕਿਆ ਕੀ ਹੁਣ ਕੋਰਟ ਇਸ ਬੱਚੇ ਨੂੰ ਬਾਇਓਲੋਜੀਕਲ ਰਾਈਟਸ ਦਿੰਦੀ ਹੈ ਜਾਂ ਨਹੀਂ ਦਿੰਦੀ ਆਈਵੀਐਫ ਵਰਡ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਗੂੰਜ ਰਿਹਾ ਹੈ ਜਿਵੇਂ ਕੇਂਦਰ ਦੇ ਵਿੱਚ ਇਸ ਸਮੇਂ ਸਿਆਸਤ ਗਰਮਾਈ ਹੋਈ ਆ ਆਖਿਰਕਾਰ ਆਈਵੀਐਫ ਕੀ ਹੈ ਕਿਸ ਤਰੀਕੇ ਦੇ ਨਾਲ ਇਸ ਨੂੰ ਆਪਾਂ ਵੇਖਦੇ ਆ ਬਲਕੌਰ ਸਿੰਘ ਜੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਿੱਤੇ ਦਿਨ ਬਿਆਨ ਸਾਹਮਣੇ ਆਂਦਾ ਉਸ ਤੋਂ ਬਾਅਦ ਕੇਂਦਰ ਸਰਕਾਰ ਜਦੋਂ ਆਪਣੀ ਰਿਪੋਰਟ ਮੰਗਦੀ ਹੈ ਸਟੇਟ ਗਵਰਨਮੈਂਟ ਦੇ ਉੱਤੇ ਤੇ ਸਟੇਟ ਗਵਰਨਮੈਂਟ ਦੇ ਵੱਲੋਂ ਸਾਫ਼ ਤੌਰ ਉੱਤੇ ਸਪਸ਼ਟ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਬਾਪੂ ਬਲਕੌਰ ਸਿੰਘ ਜੀ ਦੇ ਨਾਲ ਆ ਭਾਵੇਂ ਉਹਨਾਂ ਨੇ ਜਿਸ ਵੀ ਮੈਥਡ ਰਾਹੀਂ ਜਿਹੜਾ ਨਿੱਕੇ ਸਿੱਧੂ ਨੂੰ ਜਮਾਇਆ ਪਰ ਇਸ ਉੱਤੇ ਆਖਿਰਕਾਰ ਲੀਗਲ ਰੂਪ ਦੇ ਵਿੱਚ ਕੀ ਐਕਸ਼ਨ ਹੋ ਸਕਦਾ ਹੈ ਜਾਂ ਫਿਰ ਸਵਿਧਾਨ ਜਾਂ ਐਵੇਂ ਕਹਿ ਲਓ ਕਿ ਕੀ ਕੀ ਲਾ ਜਿਹੜੇ ਨੇ ਆਪਣੇ ਭਾਰਤ ਦੇ ਵਿੱਚ ਇਸ ਸਮੇਂ ਪ੍ਰਚਲਿਤ ਨੇ ਤੇ ਪੁਰਾਣੀ ਸਦੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਆਈ ਵੀ ਐਫ ਆ ਆ ਕਦੋਂ ਸ਼ੁਰੂ ਹੋਇਆ ਕਦੋਂ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਭਾਰਤ ਦੇ ਵਿੱਚ ਜ਼ਿਆਦਾ ਤਰਜੀਹ ਜਿਹੜੇ ਆ ਇਸ ਪੂਰੀ ਗੱਲ ਨੂੰ ਲੋਕ ਜਿਹੜੇ ਨੇ ਦੇਣ ਲੱਗੇ ਅ ਇਸ ਉੱਤੇ ਪੂਰੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਲੀਗਲ ਐਸਪੈਕਸ ਕਿਹੜੇ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਡਿਟੇਲ ਦੇ ਵਿੱਚ ਦੱਸਾਂਗੇ ਕਿੰਨੀ ਸਜ਼ਾ ਹੋ ਸਕਦੀ ਹੈ ਸਜ਼ਾ ਹੋਣੀ ਚਾਹੀਦੀ ਵੀ ਹੈ ਜਾਂ ਨਹੀਂ ਵੀ ਹੋਣੀ ਚਾਹੀਦੀ ਇਹ ਸਾਰੀ ਜੀਜਾ ਜਾਣਨੀਆ ਬੇहद ਜ਼ਰੂਰੀ ਨੇ ਕਿਉਂਕਿ ਅਫਵਾਹਾਂ ਬਹੁਤ ਫੈਲ ਰਹੀਆਂ ਨੇ ਬਹੁਤ ਲੋਕ ਜਿਹੜੇ ਨੇ ਆਪਣੇ ਪੱਲਿਓਂ ਹੀ ਗੱਲਾਂ ਜਿਹੜੀਆਂ ਨੇ ਲਾ ਲਾ ਕੇ ਦੱਸੀ ਜਾ ਰਹੇ ਨੇ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਹੈ ਉਹ ਇਸ ਸਮੇ ਬਹੁਤੇ ਲੋਕਾਂ ਕੋਲ ਨਹੀਂ ਹੈ ਤਾਂ ਇਸ ਵੀਡੀਓ ਦੇ ਵਿੱਚ ਉਹੀ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਆਈਵੀਐਫ ਕੀ ਹੈ ਤੇ ਇਹਦੇ ਨਾਲ ਕਿਸ ਤਰੀਕੇ ਨਾਲ ਜਿਹੜਾ ਜੋ ਰਿਪੋਰਟ ਸਰਕਾਰ ਮੰਗ ਰਹੀ ਹੈ ਆਖਿਰਕਾਰ ਉਹ ਸਹੀ ਵੀ ਹੈ ਜਾਂ ਫਿਰ ਨਹੀਂ ਹੈ ਇਸ ਵੀਡੀਓ ਨਾਲ ਤੁਹਾਨੂੰ ਥੋੜਾ ਕਲੀਅਰ ਹੋਏਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਆ ਤੇ ਸਾਡੇ ਨਾਲ ਇਸ ਸਮੇਂ ਐਡਵੋਕੇਟ ਰਣਦੀਪ ਸਿੰਘ ਮੌਜੂਦ ਨੇ ਇੱਥੇ ਪ੍ਰੈਕਟਿਸ ਕਰਦੇ ਨੇ ਤੇ ਨਾਲ ਨਾਲ ਇਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਰਣਦੀਪ ਹਮਦਰ ਟੀਵੀ ਦੇ ਉੱਤੇ ਸਭ ਤੋਂ ਪਹਿਲਾ ਸਵਾਲ ਆਈਵੀਐਫ ਕੀ ਹੈ ਸਬਤੋ ਪੈਲੋ ਸਰ ਸ਼ਕਲ ਜੀ ਆਈਵੀਐਫ ਬੇਸਿਕਲੀ ਦੇਖਿਆ ਜਾਈ ਤਾਂ ਆਈਵੀਐਫ ਇਨ ਵਿਟ੍ਰੋ ਫਰਟੀਲਾਈਜੇਸ਼ਨ ਇੱਕ ਬੇਬੀ ਕਨਸੀਵ ਕਰਨ ਦਾ ਇੱਕ ਬਹੁਤ ਪੁਰਾਣਾ ਇੱਕ ਪ੍ਰੋਸੈਸ ਚੱਲ ਰਿਹਾ ਜਿਹੜਾ ਆਪਾਂ ਦੇਖਿਆ ਜਾਈ ਤਾਂ ਅੱਜ ਦੀ ਡੇਟ ਦੇ ਵਿੱਚ ਤੇ ਪਪੂਲਰ ਹੋ ਗਿਆ ਬਟ ਇਹ ਬਹੁਤ ਪੁਰਾਣਾ ਬਹੁਤ ਪੁਰਾਣੇ ਟਾਈਮ ਤੋਂ ਇਹ ਚੱਲ ਰਿਹਾ ਤੇ ਇਹ ਅੱਜ ਦੇ ਟਾਈਮ ਤੇ ਪਪੂਲਰ ਕਿਉਂ ਹੋਇਆ ਕੁਐਸਚਨਸ ਦੇ ਵਿੱਚ ਕਿਉਂ ਆਇਆ ਕਿਉਂਕਿ ਜਿੱਥੇ ਜੇ ਕੋਈ ਪ੍ਰੋਸੈਸ ਸੋਸਾਇਟੀ ਦੇ ਵਿੱਚ ਚੱਲਦਾ ਹੁੰਦਾ ਉਹਦਾ ਕੁਝ ਫਾਇਦਾ ਵੀ ਹੁੰਦਾ ਕੁਝ ਨੁਕਸਾਨ ਵੀ ਹੁੰਦਾ ਕੁਝ ਲੋਕ ਉਹਦਾ ਫਾਇਦਾ ਵੀ ਚੱਕਦੇ ਆ ਤੇ ਨੁਕਸਾਨ ਵੀ ਇਹਦਾ ਨੁਕਸਾਨ ਜ਼ਿਆਦਾਤਰ ਵੱਡੇ ਪੱਦਰ ਤੇ ਹੋਣ ਲੱਗ ਗਿਆ ਉਹਦੇ ਕਾਰਨ ਕਰਕੇ ਇਹਦੇ ਤੇ ਥੋੜੀ ਜੀ ਠੱਲ ਪਾਉਣ ਲਈ ਲੀਗਲ ਪ੍ਰੋਵੀਜ਼ਨਸ ਨੂੰ ਲਿਆਉਣਾ ਜ਼ਰੂਰੀ ਸੀਗਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਲੋਕ ਆਈਵੀਐਫ ਦਾ ਭਾਰਤ ਚ ਗਲਤ ਇਸਤੇਮਾਲ ਕਰਨ ਲੱਗੇ ਤਾਂ ਲੀਗਲ ਪ੍ਰੋਵੀਜ਼ਨ ਜਿਹੜੇ ਨੇ ਇਹਦੇ ਵਾਸਤੇ ਆਏ ਹਾਂਜੀ ਆਈਵੀਐਫ ਪਹਿਲੋ ਦੇਖੋ ਸਿਰਫ ਇੱਕ ਬੇਸਿਕ ਜੇ ਪਰਪਸਲੀ ਯੂਜ਼ ਹੁੰਦਾ ਸੀਗਾ ਬੇਬੀ ਕਨਸੀਵ ਕਰਨ ਲਈ ਇਸ ਤੋਂ ਬਾਅਦ ਇਹਦੇ ਤੇ ਰੈਕਿਟਸ ਚੱਲਣ ਲੱਗੇ ਜਿਹੜੇ ਆਪਾਂ ਦੇਖੇ ਵੀ ਗੈਮੀਟਸ ਹੁੰਦੇ ਆ ਉਹਨਾਂ ਨੂੰ ਸੇਲ ਪਰਚੇਸ ਹੋਣ ਲੱਗ ਗਈ ਬਹੁਤ ਵੱਡੇ ਵੱਡੇ ਗੈਮੀਟਸ ਚੱਲ ਆਪਾਂ ਦੇਖੀ ਜੀ ਰੈਕਿਟਸ ਚੱਲਣ ਲੱਗੇ ਕਲੀਨਿਕਸ ਜਿਹੜੇ ਆ ਇਹਦਾ ਮਿਸਯੂਜ਼ ਕਰਨ ਲੱਗ ਗਏ ਉਹਦੇ ਕਰਕੇ ਇਹਨਾਂ ਚੀਜ਼ਾਂ ਦੇ ਖੱਲ ਪਾਉਣ ਲਈ 2021 ਦੇ ਵਿੱਚ ਇੱਕ ਸੈਰੋਗੇਸੀ ਐਕਟ ਆਇਆ ਤੇ ਇੱਕ ਆਪਣਾ ਆਇਆ ਏ ਆਰਟੀ ਜਿਹੜਾ ਅੱਜ ਦੀ ਡੇਟ ਦੇ ਵਿੱਚ ਕਾਫੀ ਜ਼ਿਆਦਾ ਕੁਐਸਚਨਸ ਦੇ ਵਿੱਚ ਏ ਆਰਟੀ ਦੀ ਗੱਲ ਕੀਤੀ ਲੋਕਾਂ ਨੂੰ ਏ ਆਰਟੀ ਵਰਡ ਹੀ ਨਹੀਂ ਪਤਾ ਬਿਲਕੁਲ ਆਰਟੀ ਦੇ ਬਾਰੇ ਦੱਸਿਆ ਜਾਏ ਤਾਂ ਆਰਟੀ ਹੈਗਾ ਜੀ ਅਸਿਸਟਡ ਰਿਪਰੋਡਕਟਿਵ ਟੈਕਨੋਲੋਜੀਜ਼ ਐਕਟ 2021 ਇਹ 2020 ਦੇ ਵਿੱਚ ਇਹਦਾ ਇੱਕ ਬਿੱਲ ਆਇਆ ਸੀਗਾ ਉਸ ਟਾਈਮ ਤੇ ਵੀ ਇਹਦੇ ਤੇ ਕਾਫੀ ਜ਼ਿਆਦਾ ਕੰਟਰੋਵਰਸੀਆਂ ਆਈਆਂ ਸੀ ਵੀ ਇਹ ਇਨਕੋਰਪੋਰੇਟ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਉਸ ਟਾਈਮ ਤੇ ਜਿਹੜੇ ਲੋਕ ਇਹਦੇ ਅਗੇਂਸਟ ਸੀਗੇ ਉਹ ਸੀਗੇ ਜਿਹੜੇ ਰੈਕਟਸ ਯੂਜ਼ ਰੈਕਟਸ ਇਹਦਾ ਯੂਜ਼ ਕਰਦੇ ਸੀਗੇ ਜਾਂ ਕੁਝ ਵੀ ਹੈ ਅੱਜ ਦੇ ਟਾਈਮ ਤੇ ਇਹਨੂੰ 2021 ਦੇ ਵਿੱਚ ਇਹਨੂੰ ਬੇਸਿਕਲੀ ਇਹਨੂੰ ਪ੍ਰੋਪਰ ਐਕਟ ਦੇ ਤੌਰ 'ਤੇ ਤੇ ਨੂੰ ਮਾਨਤਾ ਪ੍ਰਾਪਤ ਹੋ ਗਈ ਸੀਗੀ ਉਹਦੇ ਚ ਦੇਖਿਆ ਜਾਵੇ ਤਾਂ ਹਰ ਇੱਕ ਤਰ੍ਹਾਂ ਦੀ ਇਸ ਆਈਵੀਐਫ ਟੈਕਨੀਕ ਦਾ ਜਿਹੜੇ ਮਿਸਯੂਜ਼ ਕਰਦੇ ਸੀਗੇ ਜਾਂ ਕੋਈ ਕਲੀਨਿਕ ਸੀਗਾ ਜਾਂ ਕੋਈ ਸਪੈਸੀਫਿਕ ਪਰਸਨ ਸੀਗਾ ਉਹਨਾਂ ਚੀਜ਼ਾਂ ਤੇ ਠੱਲ ਪਾਉਣ ਲਈ ਇੱਕ ਕਾਫੀ ਜ਼ਿਆਦਾ ਇਹਦੇ ਤੇ ਲੀਗਲ ਤੇ ਪੀਨਲ ਪ੍ਰੋਵੀਜ਼ਨਸ ਦਿੱਤੇ ਗਏ ਜਿਹਦੇ ਚ ਆਪਾਂ ਦੇਖਿਆ ਜੇ ਤਾਂ ਅੱਜ ਦੀ ਡੇਟ ਦੇ ਵਿੱਚ ਸੈਕਸ਼ਨ 21 ਕਾਫੀ ਜ਼ਿਆਦਾ ਪਪੂਲਰ ਤੇ ਕੰਟਰੋਵਰਸ਼ੀਅਲ ਚੱਲ ਰਿਹਾ ਜੀ ਸੈਕਸ਼ਨ 21 ਬੇਸਿਕਲੀ ਆਰਟੀ ਕੀ ਹੋ ਕਿਉਂਕਿ ਆਰਟੀ ਵਰਡ ਨੂੰ ਲੈ ਕੇ ਬੜੀ ਕਨਫਿਊਜ਼ਨ ਹੈ ਆਈਵੀਐਫ ਫੇਮਸ ਹੋ ਚੁੱਕਿਆ ਲੋਕ ਇਹ ਸਮਝ ਰਹੇ ਨੇ ਕਿ ਆਈਵੀਐਫ ਵਾਲਾ ਹੀ ਜਿਹੜਾ ਲਾਅ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ ਪਰ ਆਰਟੀ ਵਰਡ ਬਾਰੇ ਕਿਸ ਨੂੰ ਨਹੀਂ ਪਤਾ ਆਰਟੀ ਬੇਸਿਕਲੀ ਐਕਟ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਐਕਟ 2021 ਆਈਵੀਐਫ ਇੱਕ ਟੈਕਨੀਕ ਆ ਇਨ ਵਿਟ੍ਰੋ ਫਰਟੀਲਾਈਜੇਸ਼ਨ ਟੈਕਨੀਕ ਜਿਹੜਾ ਆਰਟੀ ਇਸ ਆਈਵੀਐਫ ਟੈਕਨੀਕ ਨੂੰ ਰੈਗੂਲੇਟ ਕਰਦਾ ਉਸ ਚੀਜ਼ ਲਈ ਆਰਟੀ ਦੇ ਵਿੱਚ ਇੱਕ ਨੈਸ਼ਨਲ ਬੋਰਡ ਸਟੇਟ ਬੋਰਡ ਆਰਟੀ ਨੇ ਬਣਾਏ ਹੋਏ ਆ ਵੀ ਜਿਹੜੇ ਕੋਈ ਵੀ ਐਕਟੀਵਿਟੀ ਆਈਵੀਐਫ ਦੇ ਰਿਗਾਰਡਿੰਗ ਗਲਤ ਐਕਟੀਵਿਟੀ ਹੁੰਦੀ ਹੈ ਤੇ ਉਹਨੂੰ ਉਸ ਚੀਜ਼ ਨੂੰ ਰੈਗੂਲੇਟ ਕੀਤਾ ਜਾਵੇ ਠੀਕ ਹੈ ਜੀ ਇਹਦੇ ਲਈ ਆਰਟੀ ਦੇ ਵਿੱਚ ਪੈਨਲ ਪ੍ਰੋਵੀਜ਼ਨਸ ਵੀ ਦਿੱਤੇ ਗਏ ਜਿਹਦੇ ਵਿੱਚ ਪਨਿਸ਼ਮੈਂਟਸ ਵੀ ਕਾਫੀ ਦਿੱਤੀਆਂ ਗਈਆਂ ਹੋਏ ਜਿਵੇਂ ਹੁਣ ਅੱਜ ਦੀ ਡੇਟ 'ਚ ਆਪਾਂ ਦੇਖੀਏ ਸੈਕਸ਼ਨ 21 ਆਰਟੀ ਐਕਟ ਦਾ ਕਾਫੀ ਜ਼ਿਆਦਾ ਪਪੂਲਰ ਚੱਲ ਰਿਹਾ ਬਲਕੌਰ ਸਿੰਘ ਜੀ ਵਾਲੇ ਕੇਸ ਦੇ ਵਿੱਚ ਸੈਕਸ਼ਨ 21 ਦਾ ਜੀ ਕਲੋਜ਼ ਆ ਜਿਹੜਾ ਇੱਕ ਚੀਜ਼ ਕਹਿੰਦਾ ਵੀ ਊਮਨਸ ਦੀ ਏਜ ਲਿਮਿਟ ਕੀ ਹੈ ਇਸ ਟੈਕਨੀਕ ਨੂੰ ਯੂਜ਼ ਕਰਨ ਦੀ ਦੇਖਿਆ ਜਾਵੇ ਤਾਂ ਊਮਨ ਦੀ ਜਿਹੜੀ ਏਜ ਲਿਮਿਟ ਹੈ ਉਹ 21 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਆਈਵੀਐਫ ਟੈਕਨੋਲੋਜੀ ਦੇ ਥਰੂ ਤੁਸੀਂ ਬੇਬੀ ਕਨਸੀਵ ਕਰ ਸਕਦੇ ਹੋ ਇਸ ਤੋਂ ਪਲੱਸ ਜੇ ਤੁਸੀਂ ਜਾਣਦੇ ਹੋ ਤਾਂ ਤੁਹਾਨੂੰ ਇਹ ਐਕਟ ਬਾਰ ਕਰਦਾ ਮਤਲਬ ਇਹ ਤੁਹਾਨੂੰ ਇਸ ਐਕਟ ਦੇ ਅਕੋਰਡਿੰਗ ਫਿਰ ਪਨਿਸ਼ਮੈਂਟਸ ਦੇ ਪ੍ਰੋਵੀਜ਼ਨਸ ਤੁਹਾਡੇ ਅਗੇਂਸਟ ਸਟਾਰਟ ਹੋ ਜਾਂਦੇ ਆ ਪਰ ਉੱਥੇ ਹੀ ਇਸ ਐਕਟ ਦੇ ਉੱਤੇ ਆਪਾਂ ਦੇਖਿਆ ਜਾਏ ਤਾਂ ਇਹ ਐਕਟ ਉਹਨੀ ਪਨਿਸ਼ਮੈਂਟ ਦੇ ਉੱਪਰ ਵੀ ਸਾਈਲੈਂਟ ਸਾਈਲੈਂਟ ਕੇਸਵੇ ਦੇ ਵਿੱਚ ਹੈਗਾ ਇਸ ਐਕਟ ਦੇ ਵਿੱਚ ਸਪੈਸੀਫਿਕਲੀ ਕੱਲੀ ਇਸ ਚੀਜ਼ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਨਿਸ਼ਮੈਂਟ ਨਹੀਂ ਦਿੱਤੀ ਹੋਈ ਓਵਰ ਆਲ ਇਸ ਐਕਟ ਦੇ ਵਿੱਚ ਸੈਕਸ਼ਨ 34 ਜਿਹੜਾ ਇਸ ਐਕਟ ਦਾ ਉਹ ਇਹ ਚੀਜ਼ ਕਹਿੰਦਾ ਵੀ ਕੋਈ ਵੀ ਲੀਗਲ ਪ੍ਰੋਵੀਜ਼ਨ ਇਸ ਐਕਟ ਦਾ ਕੋਈ ਵੀ ਬੰਦਾ ਮਿਸਯੂਜ਼ ਕਰਦਾ ਕੌਂਟਰਾਵਾਈਨ ਕਰਦਾ ਉਹਦੇ ਅਗੇਂਸਟ 5 5 ਲੱਖ ਦੇ ਫਾਈਨ ਤੋਂ ਲੈ ਕੇ 10 ਲੱਖ ਦਾ ਫਾਈਨ ਤੇ ਉਸ ਤੋਂ ਇਲਾਵਾ ਜੇ ਦੁਬਾਰਾ ਸਬਸੀਕੁਐਂਟਲੀ ਇਸ ਚੀਜ਼ ਨੂੰ ਮਿਸਯੂਜ਼ ਕੀਤਾ ਜਾਂਦਾ ਕਾਉਂਟਰਆਵੀਨ ਕੀਤਾ ਜਾਂਦਾ ਤਾਂ 3 ਸਾਲ ਤੋਂ ਲੈ ਕੇ 8 ਸਾਲ ਦੀ ਸਜ਼ਾ ਇਸ ਐਕਟ ਦੇ ਵਿੱਚ ਹੈਗੀ ਹੈ ਇਸ ਤੋਂ ਇਲਾਵਾ ਇਸ ਐਕਟ ਹਰ ਇੱਕ ਚੀਜ਼ ਬਾਰੇ ਸਾਇਲੈਂਟ ਹੈ ਜਿਹੜੀ ਸਪੈਸੀਫਿਕਲੀ ਏਜ ਲਿਮਿਟ ਨੂੰ ਜੇ ਕੋਈ ਐਕਸੀਡ ਕਰਦਾ ਉਹਦੇ ਤੇ ਕੀ ਐਕਸ਼ਨ ਹੈ ਜੀ ਉਹਦੇ ਤੇ ਇਦਾਂ ਦਾ ਕੁਝ ਵੀ ਪ੍ਰੋਵੀਜ਼ਨ ਨਹੀਂ ਹੈਗਾ ਅੱਜ ਦੀ ਡੇਟ 'ਚ ਤੇ ਜੇ ਆਪਾਂ ਸਟਾਰਟਿੰਗ ਦੀ ਗੱਲ ਕਰੀਏ ਕਿ ਜਦੋਂ ਇਹ ਐਕਟ ਰੈਗੂਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਲੀਨਿਕਸ ਜਿਹੜੇ ਨੇ ਬਹੁਤ ਸਾਰੇ ਐਵੇਂ ਦੇ ਅੱਗੇ ਆਏ ਰੈਕਟਸ ਉਹਨਾਂ ਨੇ ਚਲਾਣੇ ਸ਼ੁਰੂ ਕਰਤੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਜਿਹੜਾ ਲੋਕਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਇਹ ਪਹਿਲਾ ਕੇਸ ਨਹੀਂ ਹੈ ਬਲਕੌਰ ਸਿੰਘ ਜੀ ਵਾਲਾ ਜਿਹੜਾ ਐਡਾ ਹਾਈਲਾਈਟ ਕੀਤਾ ਜਾ ਰਿਹਾ ਐਨਸੈਂਸਾਈਜ਼ ਮਤਲਬ ਲੋਕਾਂ ਨੂੰ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਜਾਂ ਜਿਸ ਤਰੀਕੇ ਨਾਲ ਰਿਪੋਰਟ ਮੰਗੀ ਜਾ ਰਹੀ ਹੈ ਤੁਸੀਂ ਕਿ ਲਾ ਹਾਈ ਕੋਰਟ ਦੀ ਗੱਲ ਕਰ ਰਹੇ ਸੀ ਉਹ ਕਿੱਦਾਂ ਕਨੈਕਟ ਕਰਦੀ ਹੈ ਇਸ ਦੇ ਨਾਲ ਦੇਖੋ ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਨੋ ਡਾਊਟ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਅੱਜ ਦੀ ਡੇਟ 'ਚ ਕੱਲਾ ਇੱਕ ਬਲਕੌਰ ਸਿੰਘ ਜੀ ਦਾ ਕੇਸ ਨਹੀਂ ਹੈਗਾ ਆਈਵੀਐਫ ਜੇ ਇਹ ਤੇ ਵੱਡੇ ਪੱਧਰ ਤੇ ਇਹਦੇ ਤੇ ਕੁਝ ਇਦਾਂ ਦੀਆਂ ਚੀਜ਼ਾਂ ਹੋਣੀਆਂ ਹੋਣਗੀਆਂ ਤਾਂ ਹੀ ਕੋ ਲੈਜਿਸਲੇਚਰ ਇਹਦੇ 'ਚ ਇਨਵੋਲਵ ਹੋ ਕੇ ਇੱਕ ਐਕਟ ਬਣਾਇਆ ਹੋਇਆ ਕੱਲਾ ਬਲਕੌਰ ਸਿੰਘ ਜੀ ਤਾਂ ਅੱਜ ਹਾਈਲਾਈਟ ਹੋਏ ਆ ਇਸ ਤੋਂ ਪਹਿਲਾਂ ਕੇਰਲਾ ਹਾਈ ਕੋਰਟ ਦੇ ਵਿੱਚ ਵੀ ਇੱਕ ਕੇਸ ਆਇਆ ਸੀਗਾ ਜਿਹਦੇ ਵਿੱਚ ਇਸ ਏਜ ਲਿਮਿਟ ਨੂੰ ਐਕਸੀਡ ਕਰਦੇ ਹੋਏ ਇੱਕ ਫੈਮਿਲੀ ਸੀਗੀ ਜਿਨ੍ਹਾਂ ਨੇ ਬੇਬੀ ਕਨਸੀਵ ਕੀਤਾ ਸੀਗਾ ਕੇਰਲਾ ਹਾਈ ਕੋਰਟ ਨੇ ਉਹਨਾਂ ਨੂੰ ਇਸ ਚੀਜ਼ ਲਈ ਪਰਮਿਸ਼ਨ ਦਿੱਤੀ ਸੀ ਵਿਦ ਡਾਇਰੈਕਸ਼ਨ ਜਿਹਦੇ ਵਿੱਚ ਉਹਨਾਂ ਨੇ ਡਾਇਰੈਕਸ਼ਨਸ ਇਸ਼ੂ ਕੀਤੀਆਂ ਸੀਗੀਆਂ ਨੈਸ਼ਨਲ ਬੋਰਡ ਨੂੰ ਤੇ ਸੈਂਟਰਲ ਗਵਰਨਮੈਂਟ ਨੂੰ ਵੀ ਜਿਹੜਾ ਤੁਸੀਂ ਆ ਸੈਕਸ਼ਨ 21 ਦੇ ਵਿੱਚ ਏਜ ਲਿਮਿਟ ਪਾਈ ਹੋਈ ਹੈ ਅਪਰ ਏਜ ਲਿਮਿਟ ਉਹਦੇ ਤੇ ਰੀਲੂਕ ਕੀਤਾ ਜਾਏ ਦੁਬਾਰਾ ਉਹਦੇ ਤੇ ਧਿਆਨ ਦੇ ਕੇ ਇਹਦੇ ਤੇ ਕੁਝ ਨਾ ਕੁਝ ਤੁਸੀਂ ਡਾਇਰੈਕਸ਼ਨਸ ਮੂਵ ਕਰੋ ਇਹ ਕੇਰਲਾ ਹਾਈ ਕੋਰਟ ਨੇ ਨੈਸ਼ਨਲ ਬੋਰਡ ਨੂੰ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ ਜਿਹਦੇ ਤੇ ਹਜੇ ਤੱਕ ਕੋਈ ਵੀ ਇਦਾਂ ਦਾ ਪੱਕਈਏ ਵੀ ਕੁਝ ਵੀ ਉਸ ਡਾਇਰੈਕਸ਼ਨ ਦਾ ਰਿਜ਼ਲਟ ਆਇਆ ਜਾਂ ਨਹੀਂ ਨਹੀਂ ਇਸ ਤੋਂ ਇਲਾਵਾ ਜੇ ਆਪਾਂ ਕੇਰਲਾ ਹਾਈ ਕੋਰਟ ਤੋਂ ਇਲਾਵਾ ਗੱਲ ਕਰੀਏ ਤੇ ਇੱਕ ਸੁਪਰੀਮ ਕੋਰਟ ਦੇ ਵਿੱਚ 2024 ਦੇ ਵਿੱਚ ਇੱਕ ਪੀਏਐਲ ਫਾਈਲ ਕੀਤੀ ਗਈ ਸੀ ਜਿਹੜੀ ਚੈਲੰਜ ਕਰਦੀ ਹੈ ਇਸ ਐਕਟ ਦੇ ਏਆਰਟੀ ਐਕਟ ਦੇ ਕਾਫੀ ਜ਼ਿਆਦਾ ਪ੍ਰੋਵੀਜ਼ਨਸ ਨੂੰ ਜਿਨ੍ਹਾਂ ਵਿੱਚੋਂ ਸੈਕਸ਼ਨ 21 ਵੀ ਇੱਕ ਪ੍ਰੋਵੀਜ਼ਨ ਉਸ ਚੈਲੰਜ ਦੇ ਵਿੱਚ ਜੋ ਗੱਲ ਕੀਤੀ ਗਈ ਸੀ ਉਹ ਇਹ ਸੀਗੀ ਵੀ ਇਹ ਡਾਇਰੈਕਟਲੀ ਆਰਟੀਕਲ 14 ਤੇ 21 ਜਿਹੜਾ ਆਪਣਾ ਸਵਿਧਾਨ ਦਾ ਕਨਸਟੀਟਿਊਸ਼ਨ ਦਾ ਫੰਡਾਮੈਂਟਲ ਰਾਈਟ ਹੈ ਉਹਨੂੰ ਇਹ ਡਾਇਰੈਕਟਲੀ ਕਿਤੇ ਨਾ ਕਿਤੇ ਚੈਲੰਜ ਕਰਦਾ ਵੀ ਇਹ ਕਿਸੇ ਵੀ ਆਮ ਨਾਗਰਿਕ ਦੇ 14 ਆਰਟੀਕਲ 14 ਤੇ ਆਰਟੀਕਲ 21 ਦੇ ਫੰਡਾਮੈਂਟਲ ਰਾਈਟ ਨੂੰ ਇਹ ਕਿਤੇ ਨਾ ਕਿਤੇ ਖਾਰਜ ਕਰਦਾ ਆਪਾਂ ਕਹਿ ਸਕਦੇ ਆ ਮੈਂ ਤੁਹਾਨੂੰ ਇੱਥੇ ਇਹ ਜ਼ਰੂਰ ਜਾਨਣਾ ਚਾਹੂੰਗੀ ਕਿ ਰਾਈਟ ਕੀ ਹੈ ਇੱਕ ਔਰਤ ਦੇ ਇੱਕ ਮਾਪਿਓ ਦੇ ਜਿਹੜੇ ਹੁਣ ਬੱਚੇ ਨੂੰ ਜੰਮ ਚੁੱਕੇ ਨੇ ਹਨਾ ਇਸ ਮੈਡੀਕਲ ਫੈਸਿਲਿਟੀ ਦੇ ਥਰੂ ਉਹਨਾਂ ਦਾ ਰਾਈਟ ਜਿਹੜਾ ਉਹ ਕੀ ਹੈ ਇਸ ਸਮੇਂ ਦੇਖੋ ਵੈਸੇ ਤਾਂ ਦੇਖਿਆ ਜਾਏ ਤੇ ਇੱਕ ਜੇ ਆਪਾਂ ਬੱਚੇ ਦੇ ਰਾਈਟ ਦੀ ਗੱਲ ਕਰੀਏ ਸਾਰੇ ਨਾਲੋਂ ਪਹਿਲਾਂ ਬੱਚੇ ਦੇ ਰਾਈਟ ਦੀ ਗੱਲ ਕਰੀਏ ਤੇ ਅੱਜ ਦੀ ਡੇਟ ਦੇ ਵਿੱਚ ਬੱਚੇ ਨੂੰ ਬਾਇਓਲੋਜੀਕਲ ਰਾਈਟ ਜਿਹੜੇ ਆਮ ਕਿਸੇ ਵੀ ਬੱਚੇ ਨੂੰ ਪੈਦਾ ਹੋਣ ਤੇ ਮਿਲਦੇ ਆ ਉਹ ਇਸੇ ਬੱਚੇ ਨੂੰ ਵੀ ਉਹੀ ਬਾਇਓਲੋਜੀਕਲ ਰਾਈਟ ਮਿਲਣਗੇ ਪਰ ਜਿੱਦਾਂ ਦੇਖਿਆ ਜਾਏ ਤਾਂ ਇਸ ਏਆਰਟੀ ਐਕਟ ਦੀ ਇੱਕ ਪ੍ਰੋਵੀਜ਼ਨ ਨੂੰ ਕੰਟਰੋਵਨ ਕੀਤਾ ਗਿਆ ਜਿਹੜੀ 58 ইয়ার্স ਦੀ ਚਰਨ ਮਿਸਿਸ ਚਰਨਜੀਤ ਕੌਰ ਜੀ ਨੇ 58 ইয়ার্স دی এজ دے وچ আইভিএফ টেকনিক ਨੂੰ ইউজ ਕਰਕੇ ਆ ਜਿਹੜੀ ਆਪਣੀ ਅਪਰ ਏਜ ਲਿਮਿਟ ਦੀ ਇੱਕ بار ਸੀਗੀ 55 ইয়ার্স ਤੱਕ 50 ইয়ার্স ਤੱਕ ਦੀ ਉਹਨੂੰ ਕੌਂਟਰਾਵਿਨ ਜਿਹੜਾ ਕੀਤਾ ਉਹਦੇ ਅਗੇਂਸਟ ਹੁਣ ਆਪਾਂ ਇਹ ਦੇਖਣਾ ਵੀ ਕੀ ਬਾਇਓਲੋਜੀਕਲ ਰਾਈਟਸ ਅੱਜ ਦੀ ਡੇਟਸ ਇਸ ਬੱਚੇ ਨੂੰ ਦਿੱਤੇ ਜਾਣਗੇ ਜਾਂ ਨਹੀਂ ਦਿੱਤੇ ਜਾਣਗੇ ਕਿਉਂਕਿ ਵੈਸੇ ਤਾਂ ਦੇਖਿਆ ਜਾਏ ਬਾਇਓਲੋਜੀਕਲ ਰਾਈਟਸ ਤਾਂ ਮਿਲਦੇ ਆ ਹਰ ਬੱਚੇ ਨੂੰ ਮਿਲਦੇ ਆ ਚਾਹੇ ਆਈਵੀਐਫ ਦੇ ਟੈਕਨੀਕ ਦੇ ਥਰੂ ਹੋਵੇ ਚਾਹੇ ਓਵੇਂ ਹੋਵੇ ਪਰ ਅੱਜ ਇੱਕ ਲੀਗਲ ਦਾ ਇੱਕ ਲਾਅ ਦਾ ਇੱਕ ਪ੍ਰੋਵੀਜ਼ਨ ਸੀਗਾ ਜਿਹੜਾ ਇਹ ਅਪਰ ਏਜ ਲਿਮਿਟ ਦਾ ਸੀਗਾ ਉਹ ਕੌਂਟਰਾਵਿਨ ਹੋ ਚੁੱਕਿਆ ਕੀ ਹੁਣ ਕੋਰਟ ਇਸ ਬੱਚੇ ਨੂੰ ਬਾਇਓਲੋਜੀਕਲ ਰਾਈਟਸ ਦਿੰਦੀ ਹੈ ਜਾਂ ਨਹੀਂ ਦਿੰਦੀ ਇਹ ਅੱਜ ਦੀ ਡੇਟ 'ਚ ਸਾਰਿਆਂ ਨਾਲੋਂ ਵੱਡਾ ਕੁਐਸ਼ਨ ਹੈ ਇਹਦਾ ਜਵਾਬ ਕੀ ਹੈ ਇਹਦਾ ਜਵਾਬ ਹਜੇ ਤੱਕ ਇਹਦੇ ਤੇ ਐਕਟ ਵੀ ਸਾਇਲੈਂਟ ਆ ਇਹਦੇ ਤੇ ਜੁਡੀਸ਼ਰੀ ਵੀ ਸਾਇਲੈਂਟ ਆ ਕਿਉਂਕਿ ਹਜੇ ਤੱਕ ਇਸ ਚੀਜ਼ ਤੇ ਕੋਈ ਵੀ ਪਰਵੀਜ਼ਨ ਨਹੀਂ ਆ ਚੁੱਕਾ ਇਹਦੇ ਤੇ ਐਸਐਚ ਅੱਜ ਦੀ ਡੇਟ 'ਚ ਆਪਾਂ ਕੋਈ ਜਵਾਬ ਦਈਏ ਉਹ ਮੈਂ ਸਹੀ ਨਹੀਂ ਸਮਝਦਾ ਤੁਸੀਂ ਇਹ ਇਸ ਜੇ ਇਸੇ ਖਬਰ ਦੀ ਆਪਾਂ ਗੱਲ ਕਰੀਏ ਕਿਉਂਕਿ ਲੋਕ ਆਪਣੀ ਤਰਫ ਤੋਂ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਹਵਾ ਦੇ ਵਿੱਚ ਗੱਲਾਂ ਕਰ ਰਹੇ ਨੇ ਹਨਾ ਸਿਰਫ ਮਾਪੇ ਦੇ ਉੱਤੇ ਜਿਹੜਾ ਲੀਗਲ ਐਕਸ਼ਨ ਹੋਏਗਾ ਕਿ ਬਾਕੀ ਜੋ ਲੋਕ ਇਨਵੋਲਡ ਨੇ ਕਿਉਂਕਿ ਬਹੁਤ ਸਾਰੀ ਡਾਕਟਰਾਂ ਦੀ ਮਾਇਰਾ ਦੀ ਜਿਨ੍ਹਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਹੋਣੀ ਜੋ ਲੀਗਲ ਐਸਪੈਕਟਸ ਉਹਨਾਂ ਨੇ ਵੀ ਜ਼ਰੂਰ ਜਿਹੜੇ ਨੇ ਚੈੱਕ ਕੀਤੇ ਹੋਣੇ ਉਸਰਨ ਕਿ ਉਹਨਾਂ ਤੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੀ ਸਖਤੀ ਵਰਤੀ ਜਾਏਗੀ ਦੇਖੋ ਸਰ ਨਾਲ ਪਹਿਲਾਂ ਤਾਂ ਇਹ ਚੀਜ਼ ਦੇਖਣ ਵਾਲੀ ਹੈ ਵੀ ਕੀ ਐਕਚੁਅਲ ਦੇ ਵਿੱਚ ਬੇਬੀ ਇੰਡੀਆ ਦੇ ਵਿੱਚ ਕਨਸਿਵ ਹੋਇਆ ਆ ਆਈਵੀਐਫ ਟੈਕਨੀਕ ਇੰਡੀਆ ਦੇ ਵਿੱਚ ਯੂਜ਼ ਹੋਈ ਜਾਂ ਬਾਹਰ ਯੂਜ਼ ਹੋਈ ਜੇ ਤਾਂ ਦੇਖੋ ਇੰਡੀਆ ਦੇ ਵਿੱਚ ਉਹ ਯੂਜ਼ ਨਹੀਂ ਹੋਈ ਫਿਰ ਤਾਂ ਇੰਡੀਅਨ ਲਾਅ ਕਿਸੇ ਵੀ ਵੇ ਦੇ ਨਾਲ ਉਹਦੇ ਤੇ ਕੋਈ ਵੀ ਐਕਸ਼ਨ ਨਹੀਂ ਲੈ ਸਕਦਾ ਐਸ ਪਰ ਇੰਡੀਅਨ ਲਾਅ ਜੇ ਉਹ ਇੰਡੀਆ ਦੇ ਵਿੱਚ ਹੀ ਬੇਬੀ ਕਨਸਿਵ ਹੋਇਆ ਫਿਰ ਇਹਦੇ ਚ ਦੇਖਿਆ ਜਾਵੇ ਤਾਂ ਜਿਹੜਾ ਏਆਰਟੀ ਐਕਟ ਆ ਉਹਦੇ ਚ ਸਪੈਸੀਫਿਕਲੀ ਨਾ ਤਾਂ ਪੇਰੈਂਟਸ ਨੂੰ ਆਪਾਂ ਕਹਿ ਸਕਦੇ ਆ ਨਾ ਹੀ ਕਲੀਨਿਕਸ ਨੂੰ ਕਹਿ ਸਕਦੇ ਆ ਇਹਦੇ ਚ ਸੈਕਸ਼ਨ 33 ਐਆਰਟੀ ਐਕਟ ਦਾ ਜਿਹੜਾ ਇਹਦੇ ਵਿੱਚ ਪਨਿਸ਼ਮੈਂਟਸ ਦਿੰਦਾ ਇਸ ਚੀਜ਼ ਨੂੰ ਲੈ ਕੇ ਉਹਦੇ ਵਿੱਚ ਇੱਕ ਹੀ ਚੀਜ਼ ਯੂਜ਼ ਕੀਤੀ ਗਈ ਆ ਹੂ ਸੋ ਐਵਰ ਜਿਹਨੂੰ ਆਪਾਂ ਪੰਜਾਬੀ ਚ ਐ ਦਸੀਏ ਤਾਂ ਵੀ ਇਹ ਬਹੁਤ ਵੱਡਾ ਵਰਡ ਆ ਵੀ ਕਿੰਨੇ ਕਿੰਨੇ ਲੋਕਾਂ ਨੂੰ ਆਪਾਂ ਇਹਦੇ ਵਿੱਚ ਇਨਕਲੂਡ ਕਰਾਂਗੇ ਚਾਹੇ ਉਹ ਪੇਰੈਂਟਸ ਆਗੇ ਚਾਹੇ ਕਲੀਨਿਕ ਆਗੇ ਇਹਦੇ ਚ ਕਿਹਾ ਗਿਆ ਵੀ ਹੂ ਸੋ ਐਵਰ ਕਮਿਟ ਦੇ ਸੈਕਟ ਕਿਸੇ ਨੇ ਵੀ ਜਿਹੜੇ ਨੇ ਵੀ ਜਿਹੜਾ ਵੀ ਇਹਦੇ ਵਿੱਚ ਇਨਵੋਲ ਆ ਉਹਨਾਂ ਸਾਰਿਆਂ ਨੂੰ ਬਰਾਬਰ ਦੀ ਪਨਿਸ਼ਮੈਂਟ ਦਿੱਤੀ ਜਾਊਗੀ ਜਿਹਦੇ ਚ 5 ਲੱਖ ਦਾ ਫਾਈਨ 10 ਤੱਕ 10 ਲੱਖ ਤੱਕ ਜਾਂਦਾ ਜਿਹੜਾ ਸਬਸੀਕੁਐਂਟਲੀ ਜੇ ਆਪਾਂ ਨੂੰ ਦੁਬਾਰਾ ਕਰਦੇ ਆ ਤਾਂ ਫਿਰ ਆਪਣੇ ਕੋਲ 3 ਸਾਲ ਦੀ ਸਜ਼ਾ ਤੋਂ ਲੈ ਕੇ 8 ਸਾਲ ਦੀ ਸਜ਼ਾ ਉਸ ਸੈਕਸ਼ਨ ਦੇ ਅਕੋਰਡਿੰਗ ਮਿਲਦੀ ਹੈ ਇਹ ਕਿੱਦਾਂ ਮਤਲਬ ਮੰਨਿਆ ਜਾਊਗਾ ਜੇ ਉਹ ਦੂਜੀ ਵਾਰ ਕਰੋਗੇ ਫੇਰ ਜਾ ਕੇ ਕਿਥੇ ਉਹਨਾਂ ਤੇ ਮਤਲਬ ਜਿਹੜਾ ਸਜ਼ਾ ਜਿਹੜੀ ਹੈ ਐਨੀ ਜ਼ਿਆਦਾ ਸਖਤ ਹੋਊਗੀ ਕਿਉਂਕਿ ਪਹਿਲੀ ਵਾਰ ਤਾਂ ਸਿਰਫ ਜੁਰਮਾਨਾ ਹੀ ਭਰਿਆ ਜਾਊਗਾ ਬਿਲਕੁਲ ਪਹਿਲੀ ਵਾਰ ਜੁਰਮਾਨਾ ਭਰਿਆ ਜਾਊਗਾ ਦੂਜੀ ਵਾਰ ਦੇਖੋ ਕੋਈ ਫੈਮਿਲੀ ਜਾਂ ਪੇਰੈਂਟਸ ਨੂੰ ਤਾਂ ਆਪਾਂ ਸਪੈਸੀਫਿਕਲੀ ਨਹੀਂ ਕਹਿ ਸਕਦੇ ਵੀ ਉਹ ਕਰਨਗੇ ਕੋਈ ਕਲੀਨਿਕ ਦੇ ਵਿੱਚ ਇਹ ਐਕਟੀਵਿਟੀ ਹੋ ਰਹੀ ਹੈ ਕੋਈ ਕਲੀਨਿਕ ਆ ਹਸਪੀਟਲ ਆ ਜਾਂ ਕੋਈ ਡਾਕਟਰ ਇਸ ਚੀਜ਼ ਦੇ ਵਿੱਚ ਇਨਵੋਲ ਜੇ ਉਹ ਇੱਕ ਵਾਰ ਕੋਈ ਵੀ ਇਸ ਐਕਟ ਦਾ ਕੋਈ ਵੀ ਪ੍ਰੋਵੀਜ਼ਨ ਨੂੰ ਜੇ ਉਹ ਇਨਫਰਿੰਜ ਕਰਦੇ ਆ ਜਾਂ ਕੰਟਰਾਵਿਨ ਕਰਦੇ ਆ ਤੇ ਇੱਕ ਵਾਰ ਤਾਂ ਉਹਨਾਂ ਤੇ ਜਿਹੜੀ ਜਿਹੜੇ ਐਕਸ਼ਨਸ ਲਏ ਜਾਣਗੇ ਉਹ 5 ਲੱਖ ਤੇ ਫਾਈਨ ਤੇ 10 ਲੱਖ ਦੇ ਫਾਈਨ ਦੇ ਹਿਸਾਬ ਨਾਲ ਲਗਾਏ ਜਾਣਗੇ ਅੱਛਾ ਮੈਂ ਇੱਥੇ ਇਹ ਪੁੱਛਣਾ ਚਾਹੂੰਗੀ ਇਹ ਫਾਈਨ ਪਰਨਾ ਬਹੁਤ ਜ਼ਰੂਰੀ ਹੈ ਮਤਲਬ ਇਹ ਤੋਂ ਬਚਿਆ ਜਾ ਸਕਦਾ ਦੇਖੋ ਇਹ ਕੋਰਟ ਦੀ ਡਿਸਕ੍ਰਿਪਸ਼ਨ ਤੇ ਆ ਕੋਰਟ ਕੀ ਆਰਡਰ ਕਰਦਾ ਇਹਦੇ ਤੇ ਕੋਰਟ ਦੇ ਜੇ ਅੱਜ ਦੇ ਇਹਨਾਂ ਦੇ ਮੈਟਰ ਦੀ ਆਪਾਂ ਬਲਕੌਰ ਸਿੰਘ ਜੀ ਦੇ ਮੈਟਰ ਦੇ ਬਾਰੇ ਦੇਖੀਏ ਤਾਂ ਇਹਨਾਂ ਨੇ ਇਹਦੇ ਇਹਨਾਂ ਕੋਲ ਬਹੁਤ ਵੱਡਾ ਇੱਕ ਗਰਾਉਂਡ ਹੈ ਜੀ ਇਹਨਾਂ ਨੇ ਆਪਣੀ ਫੈਮਿਲੀ ਨੂੰ ਅੱਗੇ ਕੰਟੀਨਿਊ ਕਰਨਾ ਸੀਗਾ ਠੀਕ ਹੈ ਇਸ ਉਮਰ ਦੇ ਵਿੱਚ ਜੇ ਸਟੈਪ ਲੇਰੀਆ ਤੇ ਇਹਦੇ ਚ ਕੋਰਟ ਦੇਖੂਗੀ ਹੁਣ ਵੀ ਕੋਰਟ ਕੀ ਸੋਚ ਕੇ ਕੀ ਵਿਚਾਰ ਕਰਕੇ ਕੀ ਡਿਸਕਸ਼ਨ ਕਰਕੇ ਤੇ ਕੀ ਇਹਦੇ ਤੇ ਐਕਚੁਅਲ ਹੁਣ ਐਵੇਂ ਤੇ ਬੜੇ سارے ਪਰਿਵਾਰ ਹੋਣਗੇ ਜਿਨ੍ਹਾਂ ਦੇ ਕੋਈ ਨਾ ਕੋਈ ਪਰਸਨਲ ਇਸ਼ੂਸ ਹੋ ਸਕਦੇ ਨੇ ਕਿ ਉਹ ਵਧੇਰੀ ਉਮਰ ਦੇ ਵਿੱਚ ਜਾ ਕੇ ਜਿਹੜਾ ਨੇ ਇਸ ਮੈਡੀਕਲ ਫੈਸਿਲਿਟੀ ਨੂੰ ਆਪਟ ਕਰਦੇ ਨੇ ਤਾਂ ਉਹ ਸਾਰੇ ਤੇ ਇਸ ਤਰੀਕੇ ਦੇ ਨਾਲ ਲੀਗਲ ਐਕਸ਼ਨ ਹੋਏਗਾ ਦੇਖੋ ਲਾਅ ਦੇ ਅਕੋਰਡਿੰਗ ਦੇਖਿਆ ਤਾਂ ਸਾਰੇ ਤੇ ਇਹੀ ਬਣਦਾ ਜੀ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਸਪੈਸੀਫਿਕਲੀ ਇਹਨਾਂ ਤੇ ਨਹੀਂ ਬਣਦਾ ਇਹਨਾਂ ਤੇ ਨਹੀਂ ਬਣਦਾ ਆਪਾਂ ਲੀਗਲ ਪ੍ਰੋਵੀਜ਼ਨ ਦੀ ਗੱਲ ਕਰ ਰਹੇ ਜਿਹਦੇ ਵਿੱਚ ਇਹ ਚੀਜ਼ ਕਲੀਅਰਲੀ ਦਿੱਤੀ ਹੋਈ ਹੈ ਜੇ ਅਪਰ ਏਜ ਲਿਮਿਟ ਨੂੰ ਜਿਹੜੀ ਉਹਦੇ ਚ ਡਿਸਕ੍ਰਾਈਬ ਕੀਤੀ ਹੋਈ ਹੈ ਉਹਦੇ ਤੋਂ ਬਾਹਰ ਜਾ ਕੇ ਤੁਸੀਂ ਕੁਝ ਕਰਦੇ ਹੋ ਤਾਂ ਉਹਦੇ ਜਿਹੜੇ ਪ੍ਰੋਵੀਜ਼ਨਸ ਹੈਗੇ ਆ ਉਹ ਤਾਂ ਡੈਫੀਨੇਟਲੀ ਉਹਦੇ ਤੇ ਐਕਸ਼ਨ ਤਾਂ ਬਣਦਾ ਹੀ ਹੈ ਜੀ ਉਹ ਜੇ ਕੋਰਟ ਲੈਂਦੀ ਹੈ ਜਾਂ ਕੋਈ ਗਵਰਨਮੈਂਟ ਬਾਡੀ ਉਹਦੇ ਚ ਇਨਵੋਲਵ ਹੁੰਦੀ ਆ ਉਹ ਬਾਅਦ ਦੀ ਗੱਲ ਆ ਹਜੇ ਇਸ ਚੀਜ਼ ਤੇ ਬਾਰੇ ਕੁਝ ਕਹਿਣਾ ਤਾਂ ਸ਼ਾਇਦ ਸਹੀ ਨਹੀਂ ਹੋਏਗਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਰਣਦੀਪ ਸਿੰਘ ਸਾਡੇ ਨਾਲ ਐਡਵੋਕੇਟ ਜੁੜੇ ਸੀਗੇ ਤੇ ਉਹਨਾਂ ਨੇ ਪੂਰੀ ਤਰੀਕੇ ਨਾਲ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਜਿਹੜੀ ਹੈ ਉਹ ਮੁਹੱਈਆ ਜਿਹੜੀ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਜੋ ਇਹ ਆਈਵੀਐਫ ਨੂੰ ਲੈ ਕੇ ਪੂਰਾ ਸਿਨੈਰੀਓ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਕਿਉਂ ਸਟੇਟ ਗਵਰਨਮੈਂਟ ਦੇ ਉੱਤੇ ਜਿਹੜਾ ਪ੍ਰੈਸ਼ਰਾਈਜ਼ ਜਿਹੜਾ ਸੈਂਟਰ ਗਵਰਨਮੈਂਟ ਇਸ ਟਾਈਮ ਦੇ ਉੱਤੇ ਕਰ ਰਹੀ ਹੈ ਤੇ ਲੋਕ ਇਸ ਚੀਜ਼ ਨੂੰ ਸਮਝਣ ਕਿ ਆਖਿਰਕਾਰ ਇਹ ਮੁੱਦਾ ਉਹ ਪਾਕ ਦਾ ਜਾ ਰਿਹਾ ਬਾਕੀ ਸਾਰੀ ਅਪਡੇਟਸ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਮੈਨੂੰ ਸ਼ਿਕਾ ਸੰਧੀ ਨੂੰ ਦੋ ਜਜ਼ਤਨਵਾਦ